ਗੁੱਡ ਮੋਰਨਿੰਗ ਸਟੂਡੈਂਟਸ, ਮੇਰਾ ਨਾਮ ਕਮਲਜੀਤ ਕੌਰ, ਮੈਂ ਗੌਰਮੈਂਟ ਸੀਨੀਅਰ ਸੈਕੈਂਡਰੀ ਸਕੂਲ ਬੱਸੀ ਪਠਾਣਾ ਵਿਖੇ ਵੋਕੇਸ਼ਨਲ ਹੈਲਥ ਕੇਅਰ ਟ੍ਰੇਨਰ ਦੇ ਬਤੌਰ ਕੰਮ ਕਰ ਰਹੀ ਹਾਂ। ਬੇਟੇ, ਅੱਜ ਮੈਂ ਤੁਹਾਡੇ ਨਾਲ ਡਿਸਕਸ ਕਰਾਂਗੀ ਹਸਪਤਾਲ ਵਿੱਚ ਮਰੀਜ਼ ਦਾ ਦਾਖਲਾ, ਠੀਕ ਹੈ, ਰਿਸੀਵਿੰਗ ਪੇਸ਼ੈਂਟਸ ਇਨ ਹੋਸਪਿਟਲਸ, ਕਿ ਆਪਾਂ ਜਦੋਂ ਆਪਾਂ ਇੱਕ ਪੇਸ਼ੈਂਟ ਆ ਉਹਨੂੰ ਹੋਸਪਿਟਲ ਦੇ ਵਿੱਚ ਲੈ ਕੇ ਆਉਂਦੇ ਹਾਂ ਅਤੇ ਉਹਦੇ ਦਾਖਲੇ ਪ੍ਰਤੀ ਸਾਡਾ ਕੀ ਡਿਊਟੀਆਂ ਹੋਣੀ ਚਾਹੀਦੀਆਂ ਨੇ, ਠੀਕ ਹੈ। ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਪੜ੍ਹਾਂਗੇ ਕਿ ਮੰਨ ਲਓ ਇੱਕ ਇਹਦੇ ਵਿੱਚ ਆਪਾਂ ਪੜ੍ਹਾਂਗੇ ਕਿ ਇੱਕ ਆਪਾਂ ਐਮਰਜੈਂਸੀ ਕੰਡੀਸ਼ਨ ਦੇ ਵਿੱਚ ਪੇਸ਼ੈਂਟ ਨੂੰ ਲੈ ਕੇ ਆਏ ਹਾਂ ਅਤੇ ਉਦੋਂ GDA ਦੀਆਂ ਕੀ ਡਿਊਟੀਜ਼ ਹੋਣਗੀਆਂ। GDA ਹੁੰਦਾ ਜਨਰਲ ਡਿਊਟੀ ਅਸਿਸਟੈਂਟ, ਠੀਕ ਹੈ, ਜਿਹੜਾ ਕਿ ਹੋਸਪਿਟਲ ਦੇ ਵਿੱਚ ਵਰਕਰ ਹੁੰਦੇ ਨੇ, ਠੀਕ ਹੈ। ਸਭ ਤੋਂ ਪਹਿਲਾਂ ਇਹਦੇ ਵਿੱਚ ਕੀ ਆ, ਜਦੋਂ ਆਪਾਂ ਮੰਨ ਲਓ ਐਮਰਜੈਂਸੀ ਪੇਸ਼ੈਂਟ ਐਡਮਿਸ਼ਨ, ਐਮਰਜੈਂਸੀ ਦੇ ਵਿੱਚ ਪੇਸ਼ੈਂਟ ਦੀ ਐਡਮਿਸ਼ਨ ਕਰਦੇ ਹਾਂ, ਜਿਵੇਂ ਕਿ ਸੰਕਟਕਾਲੀਨ ਹਾਲਾਤ ਵਿੱਚ ਮਰੀਜ਼ ਦਾ ਆਪਾਂ ਦਾਖਲਾ ਕਰਦੇ ਹਾਂ, ਉਹਦੇ ਵਿੱਚ ਕੀ ਹੈ GDA ਨੂੰ ਕੀ ਕਰਨਾ ਹੁੰਦਾ, ਇਹਦੇ ਵਿੱਚ ਪੇਸ਼ੈਂਟ ਮੰਨ ਲਓ ਕਿ ਐਮਰਜੈਂਸੀ ਕੰਡੀਸ਼ਨ ਦੇ ਵਿੱਚ ਬਿਠੇ ਆਉਂਦਾ, ਠੀਕ ਹੈ, ਉਹਨੂੰ ਕੀ ਹੈ ਡਾਕਟਰੀ ਸਹਾਇਤਾ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ, ਠੀਕ ਹੈ। ਇਹਦੇ ਵਿੱਚ ਕੀ ਹੋਏਗਾ, ਪਰਿਵਾਰਕ ਮੈਂਬਰ ਹਾਜ਼ਰ ਹੁੰਦੇ ਆ, ਠੀਕ ਹੈ, ਉਹਨਾਂ ਨੂੰ ਰਿਸੈਪਸ਼ਨ 'ਤੇ ਜਾਣ ਦੀ ਲੋੜ ਹੁੰਦੀ ਹੈ ਬੇਟੇ, ਠੀਕ ਹੈ। ਆਪਾਂ ਉਹਨੂੰ ਐਮਰਜੈਂਸੀ ਕੰਡੀਸ਼ਨ ਦੇ ਵਿੱਚ ਡਾਕਟਰ ਕੋਲ ਰੈਫਰ ਕਰਦੇ ਹਾਂ ਪੇਸ਼ੈਂਟ ਨੂੰ, ਠੀਕ ਹੈ। ਮੰਨ ਲਓ ਕੋਈ ਐਕਸੀਡੈਂਟ ਕੇਸ ਆਇਆ ਜਾਂ ਕੋਈ, ਉਹਨਾਂ ਵਾਸਤੇ ਮਾਹੌਲ ਕੀ ਹੈ ਸਾਰਾ ਨਵਾਂ ਹੁੰਦਾ ਹੋਸਪਿਟਲ ਦੇ ਵਿੱਚ ਆਉਣਾ, ਠੀਕ ਹੈ। ਸੋ GDA ਦੀ ਡਿਊਟੀ ਬਣਦੀ ਹੈ ਕਿ ਉਹਨਾਂ ਨੂੰ ਗਾਈਡ ਕਰੇ ਅਤੇ ਹਰ ਇੱਕ ਚੀਜ਼ ਬਾਰੇ ਬਰੀਫ ਉਹਨਾਂ ਨੂੰ ਡਿਸਕ੍ਰਿਪਸ਼ਨ ਦੇਵੇ, ਠੀਕ ਹੈ। ਮੰਨ ਲਓ ਕਿ ਕੋਈ ਬੱਚਾ ਹੈ, ਛੋਟਾ ਬੱਚਾ ਹੈ, ਉਹ ਹੋਸਪਿਟਲ ਦੇ ਵਿੱਚ ਆਇਆ ਹੈ, ਉਹਨੂੰ ਕੋਈ ਪ੍ਰੋਬਲਮ ਹੈ, ਠੀਕ ਹੈ, ਅਤੇ ਉਹ ਬੱਚੇ ਵਾਸਤੇ ਕੀ ਹੈ ਮਾਹੌਲ ਬਿਲਕੁਲ ਕੀ ਹੈ ਨਵਾਂ ਹੁੰਦਾ ਹੈ, ਠੀਕ ਹੈ। ਉਹਨੂੰ ਆਪਾਂ ਕੀ ਹੈ ਬਹੁਤ ਵਧੀਆ ਮਾਹੌਲ ਦੇਣਾ ਹੋਸਪਿਟਲ ਦੇ ਵਿੱਚ, ਇਹ GDA ਦੀ ਕੀ ਹੈ ਡਿਊਟੀ ਹੁੰਦੀ ਹੈ, ਠੀਕ ਹੈ। ਅਤੇ ਜਿਹੜਾ ਵੀ ਮੰਨ ਲਓ ਹੋਸਪਿਟਲ ਦੇ ਵਿੱਚ ਉਹਨਾਂ ਕੋਲ ਕੋਈ ਉਹਨਾਂ ਦੇ ਰੈਲੇਟਿਵਸ ਹੋਣ ਨਾਲ, ਮੰਨ ਲਓ ਬੱਚੇ ਦੇ ਜਾਂ ਕੋਈ ਪੇਸ਼ੈਂਟ ਦੇ, ਠੀਕ ਹੈ, ਜਿਹੜਾ ਵੀ ਉਹਨਾਂ ਨੇ ਕੋਈ ਕੀਮਤੀ ਕੋਈ ਚੀਜ਼ ਪਾਈ ਆ, ਕੋਈ ਮੰਨ ਲਓ ਜਿਵੇਂ ਜਿਊਲਰੀ ਪਾਈ ਆ, ਕੋਈ ਸੈੱਲ ਫੋਨ ਆ, ਕੁਛ ਹੋਰ ਉਹਨਾਂ ਦੇ ਪਰਸ ਵਗੈਰਾ, ਉਹ ਕੀ ਆਪਾਂ ਇੱਕ ਕੰਸੈਂਟ ਲਿਖਾ ਕੇ ਆਪਾਂ ਪੇਸ਼ੈਂਟਸ ਦੇ ਰੈਲੇਟਿਵਸ ਨੂੰ ਦੇ ਦੇਣੇ ਆ, ਠੀਕ ਹੈ। ਸਭ ਤੋਂ ਪਹਿਲਾਂ ਇਹਦੇ ਵਿੱਚ ਜਨਰਲ ਡਿਊਟੀ ਦੀਆਂ ਕੀ ਜਿਹੜੇ GDA ਆ ਉਹਦੀਆਂ ਕੀ ਡਿਊਟੀਜ਼ ਹੋਣਗੀਆਂ। ਉਹਦੀ ਡਿਊਟੀ ਮੇਨ ਕੀ ਆ, ਸੇਫਲੀ ਟ੍ਰਾਂਸਫਰ ਕਰਨਾ ਪੇਸ਼ੈਂਟ ਨੂੰ, ਮਤਲਬ ਬਿਲਕੁਲ ਸੇਫ ਵੇ ਤਰੀਕੇ ਨਾਲ ਮਰੀਜ਼ ਨੂੰ ਐਂਬੂਲੈਂਸ ਤੋਂ ਲੈ ਕੇ ਜਾਣਾ, ਲੈ ਕੇ ਆਉਣਾ, ਰੈਫਰ ਕਰਨਾ, ਠੀਕ ਹੈ। ਉਹਨਾਂ ਨੂੰ ਕੁਝ ਜਿਹੜੀਆਂ ਇਹੋ ਜਿਹੀਆਂ ਕੇਅਰਿੰਗ ਆਊਟ ਬੇਸਿਕ ਸੀਨ ਸੇਫਟੀ ਚੈੱਕਸ, ਠੀਕ ਹੈ, ਉਹਨਾਂ ਦੀ ਕੀ ਹੈ ਕੁਝ ਬੁਨਿਆਦੀ ਸੁਰੱਖਿਆ ਸੰਬੰਧੀ ਉਹਨਾਂ ਦੀ ਜਾਂਚ ਕਰਨੀ, ਠੀਕ ਹੈ। ਐਮਰਜੈਂਸੀ ਕੰਟਰੋਲ ਸੈਂਟਰ ਦੇ ਨਾਲ ਉਹਨਾਂ ਦੀ ਹੈਲਪ ਕਰਨੀ, ਉਹਨਾਂ ਦਾ ਤਾਲਮੇਲ ਕੰਟੈਕਟ ਬਣਾਉਣਾ, ਠੀਕ ਹੈ। ਮਰੀਜ਼ ਨੂੰ ਪੂਰੀ ਜਾਣਕਾਰੀ ਰਿਪੋਰਟ ਉਹਦੀ ਸਾਰਾ ਕੁਛ ਹੈ ਪੂਰਾ ਪ੍ਰੋਪਰ ਵੇ ਨਾਲ ਸੰਭਾਲ ਕੇ ਰੱਖਣਾ, ਮੋਨੀਟਰ ਕਰਨਾ ਉਹਨੂੰ, ਠੀਕ ਹੈ। ਹੈਲਪ ਕਰਨੀ ਐਂਬੂਲੈਂਸ ਦੇ ਪੂਰੇ ਐਂਬੂਲੈਂਸ ਦੇ ਵਿੱਚ ਵੀ ਉਹਦੀ ਪੂਰੀ ਚਿਕਿਤਸਾ ਦੇ ਨਾਲ, ਮਤਲਬ ਮੰਨ ਲਓ ਕਿਸੇ ਹੋਸਪਿਟਲ ਦੇ ਵਿੱਚ ਆਪਾਂ ਨੂੰ ਟ੍ਰਾਂਸਫਰ ਕਰ ਰਹੇ ਹਾਂ ਅਤੇ ਉਹਦੀ ਪੂਰੀ ਕੀ ਆ ਹੈਲਪ ਕਰਨੀ। ਇਹ ਕੀ ਨੇ ਵੱਖ ਵੱਖ ਡਿਊਟੀਆਂ ਨੇ ਜਨਰਲ GDA ਦੀਆਂ, ਠੀਕ ਹੈ, ਜਿਹੜਾ ਜਨਰਲ ਡਿਊਟੀ ਅਸਿਸਟੈਂਟ ਹੁੰਦਾ। ਨੈਕਸਟ ਕੀ ਆਪਾਂ ਕਰਾਂਗੇ, ਸਿਖਲਾਈ ਅਤੇ ਵਿਕਾਸ ਕੀ ਹੋਣਾ ਚਾਹੀਦਾ, ਠੀਕ ਹੈ। ਸਿਖਲਾਈ ਦੇ ਵਿੱਚ ਕੀ ਹੈ, ਸੰਕਟਕਾਲੀਨ ਜਿਹੜੇ ਹਾਲਾਤ ਵਿੱਚ ਜਿਹੜਾ ਐਮਰਜੈਂਸੀ ਕੰਡੀਸ਼ਨ ਦੇ ਵਿੱਚ ਆਇਆ ਆ ਪੇਸ਼ੈਂਟ, ਠੀਕ ਹੈ, ਉਹਦੇ ਵਿੱਚ ਆਮ ਡਿਊਟੀ ਸਹਾਇਕ ਦੀਆਂ ਕੁਛ ਮੁੱਖ ਵਿਸ਼ੇਸ਼ਤਾਵਾਂ ਹੁੰਦੀਆਂ ਨੇ, ਜਿਵੇਂ ਕਿ ਦੂਜਿਆਂ ਦੀ ਸਹਾਇਤਾ 'ਤੇ ਪੂਰੀ ਧਿਆਨ ਦੇਣਾ, ਕੇਅਰ ਕਰਨੀ, ਹੈਲਪ ਕਰਨੀ, ਠੀਕ ਹੈ।
ਚੰਗਾ ਲਿਖਣ ਅਤੇ ਬੋਲਣ ਦਾ ਹੁਨਰ ਹੋਣਾ ਚਾਹੀਦਾ, ਗੁੱਡ ਸਪੋਕਨ ਹੋਣਾ ਚਾਹੀਦਾ, ਰਿਟਨ ਕਮਿਊਨੀਕੇਸ਼ਨ ਸਕਿੱਲਸ ਆ ਜਿਹੜੀਆਂ ਉਹਦੇ ਵਿੱਚ ਵਧੀਆ ਹੋਣੀਆਂ ਚਾਹੀਦੀਆਂ ਨੇ, ਗੁੱਡ ਟੀਮ ਵਰਕ ਹੋਣਾ ਚਾਹੀਦਾ, ਠੀਕ ਹੈ ਨਾ, ਹੁਨਰ ਰੱਖੇ ਆਪਣਾ ਟੀਮ ਵਰਕ ਨਾਲ ਕੰਮ ਕਰਨ ਦਾ, ਠੀਕ ਹੈ। ਅਤੇ ਐਬਿਲਿਟੀ ਟੂ ਰਿਮੇਨ ਕਲੇਮ ਅੰਡਰ ਪ੍ਰੈਸ਼ਰ, ਕੋਈ ਦਬਾਅ ਦੇ ਥੱਲੇ ਰਹਿ ਕੇ ਨਹੀਂ ਉਹਨੇ ਕੋਈ ਕੰਮ ਕਰਨਾ, ਠੀਕ ਹੈ, ਦਬਾਅ ਥੱਲੇ ਵੀ ਸ਼ਾਂਤ ਰਹਿਣ ਦੀ ਭਾਵਨਾ ਹੋਣੀ ਚਾਹੀਦੀ ਹੈ ਉਹਦੇ ਵਿੱਚ। ਨੈਕਸਟ ਆਪਾਂ ਕਰਨਾ ਹੈ ਕੀ ਹੈ ਬੇਟਾ, ਡਿਸਚਾਰਜ ਪ੍ਰੋਸੀਜਰ। ਡਿਸਚਾਰਜ ਮਤਲਬ ਉਹਨੂੰ ਛੁੱਟੀ ਦੀ ਵਿਧੀ, ਛੁੱਟੀ ਦੀ ਵਿਧੀ ਕੀ ਹੋਏਗੀ ਉਹਦੀ, ਠੀਕ ਹੈ। ਪੇਸ਼ੈਂਟ ਮੇ ਬੀ ਰਿਕੁਆਇਰਡ ਟੂ ਕੰਪਲੀਟ ਸਰਟਨ ਡਾਕੂਮੈਂਟੇਸ਼ਨ ਪ੍ਰੋਵਾਈਡਡ ਬਾਏ ਦਾ ਵਾਰਡ ਸਟਾਫ, ਜਿਹੜਾ ਵੀ ਵਾਰਡ ਦੇ ਸਟਾਫ ਨੇ ਉਹਨਾਂ ਨੂੰ ਕਾਗਜ਼ ਪੱਤਰ ਦਿੱਤੇ, ਉਹਨਾਂ ਨੂੰ ਮੁਕੰਮਲ ਪੂਰਾ ਕੰਪਲੀਟ ਕਰਨ ਦੀ ਕੀ ਹੁੰਦੀ ਹੈ, ਲੋੜ ਹੁੰਦੀ ਹੈ, ਠੀਕ ਹੈ। ਇਹਦੇ ਬਿਨਾਂ ਕੀ ਹੋਏਗਾ, ਮਰੀਜ਼ ਦੇ ਰਿਸ਼ਤੇਦਾਰਾਂ ਨੂੰ ਉਹਦੇ ਉੱਪਰ ਕੋਈ ਫਾਰਮ ਦਿੱਤਾ ਹੁੰਦਾ ਆਪਾਂ ਪ੍ਰਸ਼ਨ ਉੱਤਰ ਵਾਲਾ, ਠੀਕ ਹੈ, ਉਹ ਭਰਨਾ ਪਏਗਾ ਪੂਰੀ ਇਮਾਨਦਾਰੀ ਦੇ ਨਾਲ, ਠੀਕ ਹੈ। ਮਰੀਜ਼ ਨੂੰ ਆਪਾਂ ਕੀ ਕਹਿ ਦੇਣਾ ਕਿ ਘਰ ਜਾ ਕੇ ਤੁਸੀਂ ਇਹ ਮੈਡੀਸਨ ਕਿਵੇਂ ਕਿਵੇਂ ਲੈਣੀ ਹੈ, ਹਰ ਇੱਕ ਚੀਜ਼ ਉਹਨੂੰ ਸਮਝਾਉਣੀ ਹੈ, ਠੀਕ ਹੈ ਨਾ। ਜੀ ਡੀ ਏ ਕੀ ਹੈ, ਜੀ ਡੀ ਏ ਨੂੰ ਚਾਹੀਦਾ ਕਿ ਉਹਨੂੰ ਅਸਿਸਟ ਕਰੇ। ਦਾ ਜੀ ਡੀ ਏ ਸ਼ੁੱਡ ਅਸਿਸਟ ਦਾ ਪੇਸ਼ੈਂਟ ਇਨ ਫੋਰਮੈਲਿਟੀ ਇਨਵੋਲਵ ਇਨ ਡਿਸਚਾਰਜ ਆਫ ਪੇਸ਼ੈਂਟ, ਠੀਕ ਹੈ। ਹਸਪਤਾਲ ਦੇ ਵਿੱਚ ਜਿਹੜੇ ਮਰੀਜ਼ ਨੂੰ ਘਰ ਜਾਣ ਲਈ ਕੀ ਆ, ਗੱਡੀ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ, ਠੀਕ ਹੈ। ਨੈਕਸਟ ਆਪਣਾ ਟੋਪਿਕ ਹੈਗਾ ਹੈਂਡਲਿੰਗ ਐਂਡ ਮੋਨੀਟਰਿੰਗ ਦਾ ਪੇਸ਼ੈਂਟ, ਆਪਾਂ ਕਿਵੇਂ ਪੇਸ਼ੈਂਟ ਦੀ ਸੰਭਾਲ ਅਤੇ ਉਹਦੀ ਨਿਗਰਾਨੀ ਕਿਵੇਂ ਕਰਨੀ ਆ, ਕਿ ਆਪਾਂ ਕਿਵੇਂ ਕਿਵੇਂ ਉਹਨਾਂ 'ਤੇ ਕਮਾਂਡ ਕੰਟਰੋਲ। ਸਭ ਤੋਂ ਪਹਿਲਾਂ ਇੱਥੇ ਕੀ ਆਪਾਂ ਕਮਾਂਡ ਐਂਡ ਨੌਲੇਜ ਹੋਣੀ ਚਾਹੀਦੀ ਹੈ। ਮੰਨ ਲਓ ਹਸਪਤਾਲ ਦੇ ਵਿੱਚ ਸੰਕਟ ਕਲੀਨ ਸੇਵਾ ਕੀ ਇੱਕ ਚੰਗੀ ਤਰ੍ਹਾਂ ਪੂਰਾ ਪ੍ਰਬੰਧ ਕਰ ਰਿਹਾ, ਠੀਕ ਹੈ। ਉਹਦੇ ਵਿੱਚ ਕੀ ਇਹ ਬੜੀ ਯੋਗ ਵਿਵਸਥਾ ਹੈ, ਬਹੁਤ ਜ਼ਿਆਦਾ ਜ਼ਰੂਰੀ ਹੈ। ਹੋਸਪਿਟਲ ਮੇ ਡੈਜ਼ੀਗਨੇਟ ਕਮਾਂਡ ਸੈਂਟਰ, ਹੋਸਪਿਟਲ ਦੇ ਵਿੱਚ ਕੀ ਇੱਕ ਕਮਾਂਡ ਸੈਂਟਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਠੀਕ ਹੈ। ਇਹ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਕੀ ਆ, ਇਹ ਗੱਲ ਪੂਰੀ ਆਪਾਂ ਇਹ ਮੈਂਬਰਸ ਜਿਹੜੇ ਉੱਥੋਂ ਦੇ ਹੋਣਗੇ ਉਹਨਾਂ ਨੇ ਕਿ ਐਡੀਕੁਏਟਲੀ ਟ੍ਰੇਨਡ ਹੋਣਾ ਚਾਹੀਦਾ, ਉੱਥੋਂ ਦਾ ਸਟਰਕਚਰ, ਉੱਥੋਂ ਦਾ ਫੰਕਸ਼ਨ, ਠੀਕ ਹੈ, ਇੰਸੀਡੈਂਟ ਕਮਾਂਡ ਸਿਸਟਮ ਅੰਦਰ, ਠੀਕ ਹੈ। ਸਪੈਸ਼ਲ ਹੋਸਪਿਟਲ ਸਟਾਫ ਐਂਡ ਕਮਿਊਨਿਟੀ ਨੈਟਵਰਕ ਸ਼ੁੱਡ ਬੀ ਅਵੇਅਰ ਦੇਅਰ, ਆਪਣੀ ਜਿਹੜੀ ਉਹਨਾਂ ਦੀ ਭੂਮਿਕਾ ਉਹਨੂੰ ਵਧੀਆ ਤਰ੍ਹਾਂ ਨਾਲ, ਰੋਲ ਐਂਡ ਰਿਸਪੋਂਸੀਬਿਲਟੀ ਨੂੰ ਵਧੀਆ ਤਰ੍ਹਾਂ ਕੀ ਆ, ਨਿਭਾਉਣਾ ਚਾਹੀਦਾ ਹੈ, ਠੀਕ ਹੈ, ਇੱਕ ਕਮਾਂਡ ਹੋਣੀ ਚਾਹੀਦੀ ਹੈ। ਨੈਕਸਟ ਕੀ ਹੈ, ਕਮਿਊਨੀਕੇਸ਼ਨ ਅਰੇਂਜਮੈਂਟਸ, ਇਹ ਕੀ ਹੁੰਦੇ ਨੇ, ਤਾਲਮੇਲ, ਸੰਚਾਰ, ਕਮਿਊਨੀਕੇਟ ਕਰਨਾ ਆਪਾਂ ਇੱਕ ਦੂਸਰੇ ਦੇ ਨਾਲ, ਇਹ ਕੀ ਹੋਣੇ ਚਾਹੀਦੇ, ਸਾਡੇ ਕਲੀਅਰ ਹੋਣੇ ਚਾਹੀਦੇ ਆ, ਐਕੂਰੇਟ ਹੋਣੇ ਚਾਹੀਦੇ ਆ, ਟਾਈਮ ਟੂ ਟਾਈਮ ਆਪਾਂ ਇਨਫੋਰਮੇਸ਼ਨ ਦੇਣੀ ਆ, ਠੀਕ ਹੈ। ਸਭ ਤੋਂ ਪਹਿਲਾਂ ਇਹਦੇ ਵਿੱਚ ਕੀ ਆ, ਅ ਪੀਪਲ ਇਨਫੋਰਮੇਸ਼ਨ ਸਪੋਕਨ ਸਪੋਕਸ ਪਰਸਨ ਟੂ ਕੋਆਰਡੀਨੇਟ ਕਮਿਊਨੀਕੇਸ਼ਨ ਵਿਦ ਪਬਲਿਕ, ਦਾ ਮੀਡੀਆ ਐਂਡ ਹੈਲਥ ਅਥੋਰਿਟੀਜ਼। ਲੋਕਾਂ ਨੂੰ ਕੀ ਹੈ, ਸੂਚਨਾ ਦੇਣੀ ਕਿ ਇਹ ਇੱਕ ਬੁਲਾਰਾ ਆ, ਠੀਕ ਹੈ, ਜੋ ਲੋਕਾਂ ਦੇ ਨਾਲ, ਮੀਡੀਆ ਦੇ ਨਾਲ, ਸਿਹਤ ਅਧਿਕਾਰੀ ਨਾਲ ਕੀ ਆ, ਗੱਲਬਾਤ ਕਰਦਾ ਆ, ਠੀਕ ਹੈ। ਪੂਰੀ ਸੰਖੇਪ ਜ਼ਰੂਰੀ ਸੁਨੇਹਾ ਨਾ ਜਿਹੜਾ ਆਪਾਂ ਡਰਾਫਟ ਜਿਹੜੇ ਆਪਾਂ ਉਹ ਬਿਲਕੁਲ ਐਂ ਰੈਡੀ ਰੱਖਣੇ ਆ, ਠੀਕ ਹੈ, ਟਾਰਗੇਟ ਜਿਹੜਾ ਸਾਡਾ, ਜਿਵੇਂ ਕਿ ਪੇਸ਼ੈਂਟਸ ਲਈ, ਸਟਾਫ ਲਈ, ਪਬਲਿਕ ਲਈ, ਠੀਕ ਹੈ। ਨੈਕਸਟ ਕੀ ਆ, ਆਲ ਕਮਿਊਨੀਕੇਸ਼ਨ ਟੂ ਦਾ ਪਬਲਿਕ, ਮੀਡੀਆ, ਸਟਾਫ ਐਂਡ ਹੈਲਥ ਅਥੋਰਿਟੀਜ਼ ਆਰ ਅਪਰੂਵਡ ਬਾਏ ਦਾ ਹੋਸਪਿਟਲ ਸੁਪਰੀਡੈਂਟ, ਠੀਕ ਹੈ ਨਾ। ਕਹਿੰਦੇ ਜਿਹੜੇ ਪੂਰੇ ਜ਼ਰੂਰੀ ਸੁਨੇਹੇ ਆ, ਠੀਕ ਹੈ ਨਾ, ਉਹਨਾਂ ਨੂੰ ਤਿਆਰ ਕੀਤਾ ਜਾਵੇ ਤਾਂ ਕਿ ਜਿਹੜੇ ਆਪਾਂ ਜਿਹੜਾ ਇੱਕ ਨਿਸ਼ਾਨਾ ਮਿੱਥਿਆ, ਨਿਸ਼ਾਨਾ ਬਣਾਇਆ, ਉਹਨੂੰ ਨਿਸ਼ਾਨਾ ਬਣਾਇਆ ਜਾ ਸਕੇ ਕਿ ਦੁਰਘਟਨਾ ਜਿਹੜੀ ਹੈ, ਦ੍ਰਿਸ਼ਾਂ ਦਾ ਸਾਹਮਣਾ ਕਰਨਾ ਸੰਬੰਧੀ ਵੀ ਤਿਆਰ ਕੀਤਾ ਜਾ ਸਕੇ। ਨੈਕਸਟ ਕੀ ਇਹਦੇ ਬਚਾਅ ਅਤੇ ਸੁਰੱਖਿਆ, ਸੇਫਟੀ ਐਂਡ ਸੁਰੱਖਿਆ, ਉਹਦੇ ਵਿੱਚ ਕੀ ਆ, ਹਸਪਤਾਲ ਦੀ ਇੱਕ ਸੁਰੱਖਿਆ ਟੀਮ ਹੁੰਦੀ ਹੈ, ਠੀਕ ਹੈ, ਉਹ ਬਣਾਉਣੀ ਚਾਹੀਦੀ ਹੈ।
ਜੋ ਹਸਪਤਾਲ ਦੇ ਜਿਹੜੇ ਬਚਾਓ ਵਗੈਰਾ ਸੁਰੱਖਿਆ ਆ ਉਹਨਾਂ ਦੀ ਕਾਰਵਾਈ ਦੀ ਪੂਰੀ ਜ਼ਿੰਮੇਵਾਰ ਹੋਵੇ ਕਿ ਕੋਈ ਵੀ ਕੋਈ ਪ੍ਰੋਬਲਮ ਹੋ ਜਾਵੇ ਅਤੇ ਉੱਥੋਂ ਦੀ ਜਿਹੜੀ ਆਪਾਂ ਟੀਮ ਬਣਾਈ ਆ ਉਹ ਉਸ ਜਗ੍ਹਾ ਦੀ ਉਸ ਚੀਜ਼ ਦੀ ਜ਼ਿੰਮੇਵਾਰ ਹੋਵੇਗੀ। ਠੀਕ ਹੈ, ਹਸਪਤਾਲ ਦੇ ਤਾਲਮੇਲ ਨਾਲ ਪਹਿਲ ਦੇ ਆਧਾਰ 'ਤੇ ਸੁਰੱਖਿਆ ਦੀ ਲੋੜ ਹੋਣੀ ਚਾਹੀਦੀ ਹੈ। ਠੀਕ ਹੈ, ਪ੍ਰਾਇਓਰਟੀ ਸਿਕਿਉਰਿਟੀ ਨੀਡਸ ਕੋਲੈਬੋਰੇਸ਼ਨ ਵਿਦ ਦੀ ਹੋਸਪਿਟਲਸ, ਉਹਨਾਂ ਖੇਤਰਾਂ ਦੀ ਬਾਅਦ 'ਚ ਸਾਨੂੰ ਇਹ ਵੀ ਯਕੀਨੀ ਬਣਾ ਲੈਣਾ ਚਾਹੀਦਾ ਕਿ ਜਿਹੜੀ ਆਪਾਂ ਸੇਫਟੀ ਦੇ ਉਪਾਅ ਕੀਤੇ ਆ ਹਸਪਤਾਲ ਨੂੰ ਖਾਲੀ ਕਰਨ ਲਈ ਉਹ ਸਪਸ਼ਟ ਹੈਗੇ ਨੇ, ਬਿਲਕੁਲ ਕਲੀਅਰ ਨੇ। ਠੀਕ ਹੈ, ਨੈਕਸਟ ਹੈ ਆਪਾਂ ਕਰਾਂਗੇ ਕਾਂਟ ਸ਼ਾਂਟ। ਕਾਂਟ ਸ਼ਾਂਟ ਕੀ ਹੁੰਦੀ ਆ? ਟ੍ਰਾਈਏਜ਼। ਇਹਦੇ ਵਿੱਚ ਕੀ ਆ? ਮੇਨਟੇਨ ਕਰਨਾ ਪੇਸ਼ੈਂਟ ਨੂੰ, ਟ੍ਰਾਈਏਜ਼ ਓਪਰੇਸ਼ਨ ਔਨ ਦਾ ਬੇਸਿਸ ਆਫ ਵੈਲ ਫੰਕਸ਼ਨਿੰਗ ਮਾਸ ਕੈਜੂਐਲਿਟੀ ਟ੍ਰਾਈਏਜ਼ ਪ੍ਰੋਟੋਕੋਲ ਇਜ਼ ਅਸੈਂਸ਼ੀਅਲ ਫੋਰ ਪੇਸ਼ੈਂਟ ਕੇਅਰ। ਠੀਕ ਹੈ, ਇਹਦੇ ਵਿੱਚ ਕੀ ਇੱਕ ਤਜਰਬੇਕਾਰ ਕਾਂਟ ਸ਼ਾਂਟ ਅਫਸਰ ਨਿਯੁਕਤ ਕੀਤਾ ਜਾਂਦਾ ਹੈ ਜਿਹੜਾ ਬਹੁਤ ਐਕਸਪਰਟ ਹੋਵੇ ਕਿ ਜਿਹੜੀਆਂ ਸਾਰੀਆਂ ਥਾਵਾਂ ਦਾ ਪ੍ਰਬੰਧ ਕਰੇ ਜਿਵੇਂ ਕਿ ਟਰੋਮਾ ਸੈਂਟਰ ਵਗੈਰਾ ਐਮਰਜੈਂਸੀ ਦੇ ਵਿੱਚ। ਠੀਕ ਹੈ, ਨੈਕਸਟ ਕੀ ਆ? ਇਹ ਵੀ ਆਪਾਂ ਟ੍ਰਾਈਏਜ਼ ਏਰੀਆ ਦੇ ਅੰਦਰ ਕੀ ਆ, ਆਉਣ ਜਾਣ ਦਾ ਰਸਤਿਆਂ ਦੀ ਪਛਾਣ ਵੀ ਕੀਤੀ ਜਾਂਦੀ ਹੈ। ਠੀਕ ਹੈ, ਇੱਕ ਮਾਸ ਕੈਜੂਐਲਿਟੀ ਟ੍ਰਾਈਏਜ਼ ਕੰਟਰੋਲ, ਠੀਕ ਹੈ ਨਾ, ਜੋ ਕਿ ਬਿਮਾਰੀ ਜਾਂ ਕੋਈ ਸੱਟ, ਬਚਨ ਦੇ ਆਸਾਰ ਅਤੇ ਜਿਹੜੀ ਅੰਤਰਰਾਸ਼ਟਰੀ ਹੁੰਦੀ ਹੈ ਪ੍ਰਵਾਨਿਤ ਅਸੂਲਾਂ ਦੀ ਅਗਵਾਈ ਉਹਨੂੰ ਕੀ ਆ, ਕਾਇਮ ਕੀਤਾ ਜਾ ਸਕੇ। ਠੀਕ ਹੈ, ਨੈਕਸਟ ਕੀ ਆ? ਆਪਾਂ ਕੀ ਕਰਨਾ? ਆਈਡੈਂਟੀਫਾਈ ਕਰਨਾ ਹੈ ਮੈਕਾਨਿਜ਼ਮ ਨੂੰ ਵੇਅਰ ਹੋਸਪਿਟਲ ਐਮਰਜੈਂਸੀ ਰਿਸਪੋਂਸ ਪਲਾਨ ਕੈਨ ਬੀ ਐਕਟੀਵੇਟਡ ਫੋਰ ਫਰੋਮ ਦੀ ਐਮਰਜੈਂਸੀ ਡਿਪਾਰਟਮੈਂਟ ਔਰ ਟ੍ਰਾਈਏਜ਼ ਸਾਈਟ। ਇਹ ਇੱਕ ਇਹ ਤਰੀਕਾ ਜਿਹੜਾ ਸਪਸ਼ਟ ਕਰ ਲੈਣਾ ਮਰੀਜ਼ ਦੀ ਪਛਾਣ, ਟ੍ਰਾਈਏਜ਼ ਦੀ ਪਛਾਣ ਕਰਨੀ ਹੈ। ਠੀਕ ਹੈ, ਅਤੇ ਟ੍ਰਾਈਏਜ਼ ਟੈਗ ਦੀ ਉਪਲਬਧਤਾ ਯਕੀਨੀ ਬਣਾਉਣੀ ਹੈ। ਠੀਕ ਹੈ, ਇੱਕ ਇਹੋ ਜਿਹੀ ਅਵਸਥਾ ਦੀ ਪਛਾਣ ਕਰਨੀ ਆ ਜਿੱਥੇ ਹਸਪਤਾਲ 'ਚ ਐਮਰਜੈਂਸੀ ਸੇਵਾਵਾਂ ਜਿਹੜੀਆਂ ਚੁਸਤ, ਬਿਲਕੁਲ ਐਂ ਚੁਸਤ ਦਰੁਸਤ ਤਰੀਕੇ ਨਾਲ ਕੀਤੀਆਂ ਜਾ ਸਕਣ। ਠੀਕ ਹੈ, ਨੈਕਸਟ ਆਪਾਂ ਕਰਾਂਗੇ ਬੇਟਾ, ਨੈਕਸਟ ਟੋਪਿਕ ਹੈ ਸਾਡਾ ਸਰਜ ਕਪੈਸਿਟੀ। ਸਰਜ ਕਪੈਸਿਟੀ ਹੁੰਦੀ ਵਹਾਅ ਦੀ ਸਮਰੱਥਾ, ਕਿੰਨਾ ਕੁ ਵਹਾਅ ਹੈ। ਠੀਕ ਹੈ, ਵਹਾਅ ਸਮਰੱਥਾ ਹੁੰਦੀ ਆ। ਸਰਜ ਕਪੈਸਿਟੀ ਨੂੰ ਕਿਵੇਂ ਆਪਾਂ ਡਿਫਾਈਨ ਕਰਨਾ? ਅਬਿਲਿਟੀ ਆਫ ਅ ਹੈਲਥ, ਸਿਹਤ ਦੀ ਯੋਗਤਾ ਨੂੰ ਮੰਨਦੇ ਹੋਏ ਇਸ ਦਾ ਪਸਾਰ ਜਿਹੜਾ ਆਪਾਂ ਕਰਾਂਗੇ ਡਾਕਟਰੀ ਸੰਭਾਲ ਦੀ ਵੱਧਦੀ ਜਿਹੜੀ ਮੰਗ ਆ ਉਹਨੂੰ ਪੂਰਾ ਕਰਨ ਵਾਸਤੇ। ਠੀਕ ਹੈ, ਇਹਦੇ ਵਿੱਚ ਕੁਛ ਹੈਗੇ ਨੇ ਪੁਆਇੰਟਸ, ਉਹ ਮੈਂ ਤੁਹਾਡੇ ਨਾਲ ਡਿਸਕਸ ਕਰਾਂਗੀ। ਸਭ ਤੋਂ ਪਹਿਲਾਂ ਹੈਗਾ ਹੈ ਕੈਲਕੂਲੇਟ ਦੀ ਮੈਕਸੀਮਲ ਕਪੈਸਿਟੀ ਰਿਕੁਆਇਰਡ ਫੋਰ ਦਾ ਪੇਸ਼ੈਂਟ ਐਡਮਿਸ਼ਨ, ਮਰੀਜ਼ ਦੇ ਦਾਖਲੇ ਦੀ ਵੱਧ ਤੋਂ ਵੱਧ ਕਿੰਨੀ ਸਮਰੱਥਾ, ਕਿੰਨੀ ਲੋੜ ਹੈ। ਠੀਕ ਹੈ, ਕਿੰਨੇ ਬੈੱਡ ਚਾਹੀਦੇ ਨੇ ਸਾਨੂੰ ਹੋਸਪਿਟਲ ਦੇ ਵਿੱਚ, ਹਰ ਇੱਕ ਚੀਜ਼ ਦਾ ਕੀ ਕਰਨਾ ਆਪਾਂ ਅੰਦਾਜ਼ਾ ਲਾਉਣਾ। ਠੀਕ ਹੈ, ਇਹ ਵੀ ਇਸ ਚੀਜ਼ ਦਾ ਵੀ ਆਪਾਂ ਕਰਨਾ ਐਸਟੀਮੇਟ ਕਰਨਾ, ਇਨਕਰੀਜ਼ ਦੀ ਡਿਮਾਂਡ ਫੋਰ ਹੋਸਪਿਟਲ ਸਰਵਿਸਿਜ ਯੂਜਿੰਗ ਅਵੇਲੇਬਲ ਪਲੈਨਿੰਗ ਅਸੰਪਸ਼ਨਸ ਐਂਡ ਟੂਲਸ। ਇਸ ਚੀਜ਼ ਦਾ ਵੀ ਅੰਦਾਜ਼ਾ ਲਗਾਉਣਾ ਹੈ ਕਿ ਹਸਪਤਾਲ ਦੀਆਂ ਜਿਹੜੀਆਂ ਸੇਵਾਵਾਂ ਦੀ ਕਿੰਨੀ ਹੋਰ ਮੰਗ ਹੈ, ਜੋ ਕੁਝ ਹੋਰ ਚਾਹੀਦਾ ਹੈ ਜਾਂ ਕੋਈ ਹੋਰ ਕੋਈ ਉਹਨਾਂ ਨੂੰ ਆਰਟੀਕਲਸ ਵਗੈਰਾ ਚਾਹੀਦੇ ਉਹਦੀ ਕਿੰਨੀ ਕੁ ਲੋੜ ਆ। ਪਛਾਣ ਇਹ ਵੀ ਇੱਕ ਚੀਜ਼ ਦੀ ਕਰਨੀ ਹੈ ਕਿ ਹਸਪਤਾਲ 'ਚ ਹੋਰ ਕਿੰਨੇ ਮਰੀਜ਼ ਦਾਖਲ ਹੋ ਜਾਣ ਦੀ ਸਮਰੱਥਾ ਹੈ, ਕਿੰਨੇ ਬੈੱਡਡ ਸਾਡਾ ਹੋਸਪਿਟਲ ਆ। ਠੀਕ ਹੈ ਨਾ, ਉੱਥੋਂ ਓ ਪੀ ਡੀ ਤੋਂ ਆਈ ਪੀ ਡੀ 'ਚ ਲਿਜਾਣ ਦੀ ਵਿਵਸਥਾ ਹੋਣੀ ਚਾਹੀਦੀ ਹੈ। ਠੀਕ ਹੈ, ਇਸ ਚੀਜ਼ ਦੀ ਵੀ ਆਪਾਂ ਪੜਤਾਲ ਕਰਨੀ ਹੈ ਕਿ ਮਰੀਜ਼ ਨੂੰ ਇੱਧਰ ਉੱਧਰ ਲਿਜਾਣ, ਮੰਨ ਲਓ ਕਿਸੇ ਨੂੰ ਇੱਕ ਹੋਸਪਿਟਲ ਤੋਂ ਦੂਸਰੇ ਹੋਸਪਿਟਲ ਦੇ ਵਿੱਚ ਆਪਾਂ ਰੈਫਰ ਕਰਨਾ ਹੈ, ਉਸ ਦੀ ਸਾਡੇ ਕੋਲ ਸੁਵਿਧਾ ਉਪਲਬਧ ਹੈ ਕਿ ਨਹੀਂ ਹੈ। ਠੀਕ ਹੈ, ਜਿਹੜੀਆਂ ਇਲੈਕਟਿਵ ਸਰਜਰੀਜ਼ ਨੇ, ਠੀਕ ਹੈ ਨਾ, ਜ਼ਰੂਰ ਗੈਰ ਜ਼ਰੂਰੀ ਸੇਵਾਵਾਂ ਆ, ਉਹਨਾਂ ਨੂੰ ਵੀ ਦੇਖਣਾ ਆਪਾਂ। ਠੀਕ ਹੈ, ਨੈਕਸਟ ਹੈਗਾ ਆਪਾਂ
ਜ਼ਰੂਰੀ ਜਿਹੜੀਆਂ ਆਪਣੇ ਕੋਲ ਮੰਨ ਲਓ ਇੱਕ ਖੇਤਰ ਆ ਉਹਨੂੰ ਇਸ ਚੀਜ਼ ਦਾ ਆਪਾਂ ਨਾਮ ਦੇਣਾ ਆ, ਠੀਕ ਹੈ ਨਾ। ਉਹਨਾਂ ਦੇ ਉੱਤੇ ਜਿਵੇਂ ਲਿਖ ਦਿੰਦੇ ਆਪਾਂ ਮੁਦਰਾ ਘਰ, ਠੀਕ ਹੈ, ਦੇ ਤੌਰ 'ਤੇ ਯਕੀਨੀ ਬਣਾਉਣਾ ਇਹ ਕਿ ਬੋਡੀ ਬੈਗਸ ਸਰੀਰ ਥੈਲੇ ਤੁਹਾਡੇ ਕੋਲ ਹੈਗੇ ਨੇ ਜਿਹਦੇ ਵਿੱਚ ਆਪਾਂ ਪੈਕ ਕਰਕੇ ਮੰਨ ਲਓ ਕੋਈ ਬੋਡੀ ਆ ਉਹ ਆਪਾਂ ਸੈਂਡ ਕਰਨੀ ਹੈ, ਠੀਕ ਹੈ, ਕਿਤੇ ਟ੍ਰਾਂਸਫਰ ਕਰਨੀ ਹੈ, ਠੀਕ ਹੈ। ਫਸਟ ਕੀ ਹੈ, ਡੈਜ਼ੀਗਨੇਟ ਐਨ ਏਰੀਆ ਫੋਰ ਯੂਜ਼ ਆਫ ਐਜ ਆ ਟੈਂਪਰੇਰੀ ਮੌਰਜੀ, ਠੀਕ ਹੈ। ਇਹ ਜ਼ਰੂਰੀ ਬਣਾਉਣਾ ਹੈ ਕਿ ਜਿਸ ਵਿੱਚ ਸਹੀ ਹਿੱਸੇਦਾਰੀ ਦੀ ਸ਼ਮੂਲੀਅਤ ਹੋਵੇ, ਜਿਵੇਂ ਅੰਤਮ ਕਿਰਿਆ ਵਾਸਤੇ ਮੌਰਚਰੀਜ਼ ਵਗੈਰਾ, ਠੀਕ ਹੈ। ਇਹਨਾਂ ਨੂੰ ਆਪਾਂ ਕੀ ਕਰਨਾ, ਜ਼ਰੂਰੀ ਬਣਾਉਣਾ। ਜ਼ਰੂਰੀ ਸੇਵਾਵਾਂ ਕਿਹੜੀਆਂ ਚਾਲੂ ਰੱਖਣੀਆਂ ਨੇ ਆਪਾਂ, ਜਿਹੜੀਆਂ ਅਰਜੈਂਟ ਹੋਣ, ਠੀਕ ਹੈ ਨਾ। ਉਹ ਕਿਹੜੀਆਂ ਕਿਹੜੀਆਂ ਹੋਣਗੀਆਂ, ਇਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਕਿ ਆਪਾਂ ਇੱਕ ਲਿਸਟ ਬਣਾ ਲੈਣੀ ਆ ਜਿਹੜੀ ਚੀਜ਼ ਪਹਿਲਾਂ ਸਾਨੂੰ ਚਾਹੀਦੀ ਉਸ ਦੇ ਆਧਾਰ 'ਤੇ, ਠੀਕ ਹੈ। ਹਰ ਇੱਕ ਚੀਜ਼ ਦੀ ਆਪਾਂ ਕੀ ਆ, ਲਿਸਟ ਬਣਾ ਲੈਣੀ ਆ। ਸਾਰੀਆਂ ਚੀਜ਼ਾਂ ਦੀ ਆਪਾਂ ਪਛਾਣ ਕਰਨੀ ਆ ਅਤੇ ਚਾਲੂ ਰੱਖਣੇ ਕੀ ਤਬਦੀਲੀਆਂ, ਕੀ ਚੇਂਜਸ ਆ ਰਹੇ ਨੇ। ਜੇ ਮੰਨ ਲਓ ਕੋਈ ਪੇਸ਼ੈਂਟ ਗੰਭੀਰ ਅਵਸਥਾ ਦੇ ਵਿੱਚ ਹੈਗਾ, ਉਹਨੂੰ ਆਪਾਂ ਕੀ ਕਰਨੇ, ਨਵੇਂ ਵਸੀਲੇ ਜਿਵੇਂ ਕਿ ਆਪਾਂ ਉਹਨੂੰ ਵੈਂਟੀਲੇਟਰ 'ਤੇ ਲਾਉਣਾ, ਉਹ ਚੀਜ਼ਾਂ ਸਾਰੀਆਂ ਮੈਡੀਸਨਸ ਵਗੈਰਾ ਸਾਡੇ ਕੋਲ ਅਵੇਲੇਬਲ ਹੈ। ਇਹ ਸਾਰੀਆਂ ਚੀਜ਼ਾਂ ਕੀ ਨੇ, ਆਪਾਂ ਜ਼ਰੂਰੀ ਬਣਾਉਣੀਆਂ ਨੇ, ਠੀਕ ਹੈ। ਨੈਕਸਟ ਹੈਗੇ ਮਨੁੱਖੀ ਵਸੀਲੇ ਕੀ ਹੋਣਗੇ, ਮਨੁੱਖੀ ਵਸੀਲੇ ਆਪਾਂ ਕੀ ਕਰਨੇ ਆ, ਇਫੈਕਟਿਵ ਹਿਊਮਨ ਰਿਸੋਰਸ ਮੈਨੇਜਮੈਂਟ, ਠੀਕ ਹੈ ਨਾ। ਹਸਪਤਾਲ 'ਚ ਮੇਲ ਸੂਚੀ ਨੂੰ ਤਾਜ਼ਾ ਕਰਨਾ ਆਪਾਂ, ਕਿ ਜਿਹੜਾ ਕੋਈ, ਇਹ ਵੀ ਵੇਖਣਾ ਕਿ ਆਪਾਂ ਵੇਖਣਾ ਉੱਥੇ ਕਿੰਨਾ ਮਤਲਬ ਸਟਾਫ ਹੈ ਸਾਡਾ ਗੈਰ ਹਾਜ਼ਰ ਆ, ਉਹਨਾਂ 'ਤੇ ਪੂਰੀ ਨਿਗਰਾਨੀ ਰੱਖਣੀ ਹੈ, ਠੀਕ ਹੈ। ਸਟਾਫ ਦੀ ਛੁੱਟੀ ਬਾਰੇ ਜਿਹਦੇ ਵਿੱਚ ਕੀ ਆ, ਕੋਈ ਬਿਮਾਰ ਹੈ, ਕੋਈ ਮੈਡੀਕਲ ਲੀਵ 'ਤੇ ਆ, ਕੋਈ CL 'ਤੇ ਆ, ਠੀਕ ਹੈ, ਉਹ ਸਾਰੇ 'ਤੇ ਕੀ ਆ, ਅਧਾਰਿਤ ਜਿਹੜੇ ਆ ਮੈਂਬਰ ਹੋਣੇ ਚਾਹੀਦੇ ਆ, ਠੀਕ ਹੈ। ਸਟਾਫ ਦੀਆਂ ਜਿਹੜੀਆਂ ਕਿ ਪ੍ਰਾਥਮਿਕ ਲੋੜ ਅਨੁਸਾਰ ਸਟਾਫ ਦੀ ਵੰਡ ਕਰਨੀ ਹੈ, ਠੀਕ ਹੈ। ਨਵਾਂ ਸਟਾਫ ਆ ਜਿਹੜਾ ਉਹਨੂੰ ਆਪਾਂ ਭਰਤੀ ਕਰਨਾ ਹੈ, ਅਤੇ ਪੁਰਾਣੇ ਨੂੰ ਕੀ ਕਰਨਾ, ਬਿਲਕੁਲ ਵੈਲ ਟ੍ਰੇਨਡ ਕਰਨਾ, ਠੀਕ ਹੈ। ਨੈਕਸਟ ਆਪਾਂ ਕੀ ਆ, ਨੈਕਸਟ ਹੈਗਾ ਸਾਡੇ ਕੋਲ ਲੋਜਿਸਟਿਕਸ ਐਂਡ ਸਪਲਾਈ ਮੈਨੇਜਮੈਂਟ। ਇਹਦੇ ਵਿੱਚ ਕੀ ਆ, ਇੱਕ ਤਬਾਹੀ ਦੇ ਮੌਕੇ 'ਤੇ ਕਹਿੰਦੇ ਹਸਪਤਾਲ ਨੂੰ ਸਮਾਨ ਦੀ ਆਮਦ ਜਿਹੜੀ ਆ ਅੱਗੇ ਭੁਗਤਾਨ ਜਿਹੜੀ ਕੀ ਆ ਘੱਟ ਸਮਝਿਆ ਜਾਂਦਾ ਹੈ, ਠੀਕ ਹੈ। ਇਹਨੂੰ ਕੀ ਧਿਆਨ ਵਿੱਚ ਆਪਾਂ ਇੱਕ ਯੋਜਨਾ ਬਣਾਉਣੀ ਆ, ਉਹਦੇ ਵਿੱਚ ਕੀ ਆਪਾਂ ਕਰਾਂਗੇ, ਸਾਰੇ ਸਮਾਨ ਦੀ ਕੀ ਆ ਅੱਜ ਦੇ ਅਨੁਸਾਰ ਜੋ ਵੀ ਸਾਨੂੰ ਚਾਹੀਦਾ ਉਹਦੀ ਆਪਾਂ ਕੀ ਬਣਾ ਲੈਣੀ ਆ, ਸੂਚੀ ਬਣਾ ਲੈਣੀ ਆ, ਠੀਕ ਹੈ। ਸਭ ਤੋਂ ਪਹਿਲਾਂ ਆਪਾਂ ਕੀ ਕਰਨਾ, ਐਸਟੀਮੇਟ ਲਾਉਣਾ ਕਿ ਕਿੰਨੀ ਸਾਨੂੰ ਚਾਹੀਦੀ ਹੈ, ਕੰਸਪਸ਼ਨ ਕਿੰਨੀ ਕੁ ਅਸੈਂਸ਼ੀਅਲ ਸਪਲੀਮੈਂਟਸ ਦੀ ਅਤੇ ਫਾਰਮਾਸਿਟੀਕਲਸ ਦੀ, ਇਸ ਚੀਜ਼ ਦਾ ਅੰਦਾਜ਼ਾ ਲਗਾ ਲੈਣਾ ਆਪਾਂ ਕਿ ਸਾਨੂੰ ਹਰ ਹਫ਼ਤੇ ਕਿੰਨੀ ਸਾਡੀ ਖਪਤ ਹੁੰਦੀ ਹੈ, ਕਿੰਨੀਆਂ ਦਵਾਈਆਂ ਸਾਡੀਆਂ ਕਿੰਨੀਆਂ ਲੱਗ ਰਹੀਆਂ ਨੇ, ਠੀਕ ਹੈ। ਉਸ ਦੇ ਆਧਾਰ 'ਤੇ ਆਪਾਂ ਇਹ ਬਣਾਉਣੀ ਆ। ਅਧਿਕਾਰੀਆਂ ਨੂੰ ਆਪਾਂ ਇਹ ਕੀ ਆ, ਸਲਾਹ ਦੇਣੀ ਹੈ, ਠੀਕ ਹੈ, ਮਸ਼ਵਰਾ ਕਰੋ ਕਿ ਜ਼ਰੂਰੀ ਦਵਾਈਆਂ ਜਿਹੜੀਆਂ ਨੇ ਉਹ ਸਾਨੂੰ ਰੈਗੂਲਰਲੀ ਮਿਲਦੀਆਂ ਰਹਿਣ, ਠੀਕ ਹੈ ਨਾ, ਜਿਹੜੀਆਂ ਬਹੁਤ ਜ਼ਿਆਦਾ ਜ਼ਰੂਰੀ ਆ। ਨੈਕਸਟ ਕੀ ਆ, ਨੈਕਸਟ ਆਪਾਂ ਕਰਾਂਗੇ ਖਰੀਦਣ ਤੋਂ ਪਹਿਲਾਂ, ਖਰੀਦ ਤੋਂ ਪਹਿਲਾਂ ਕੀ ਆ ਆਪਾਂ ਆਈਟਮਾਂ ਦੀ ਜਾਂਚ ਕਰਨੀ ਹੈ ਪੂਰੀ ਤਰ੍ਹਾਂ, ਠੀਕ ਹੈ ਨਾ। ਸਭ ਤੋਂ ਪਹਿਲਾਂ ਆਪਾਂ ਇਹ ਵੀ ਇਸ ਚੀਜ਼ ਦੀ ਵੀ ਪਛਾਣ ਕਰਨੀ ਹੈ ਇਹਦੇ ਵਿੱਚ ਕਿਵੇਂ ਆਪਾਂ ਤਰਕ ਦੇ ਉਪਲਬਧਤਾ ਪ੍ਰਬੰਧਨ ਦੇ ਵਿੱਚ ਆਪਾਂ ਕੀ ਕਰਾਂਗੇ। ਨੈਕਸਟ ਪੁਆਇੰਟ ਹੈਗਾ ਸਾਡਾ ਪਛਾਣ ਕਰਨੀ ਹੈ ਕਿ ਕੋਈ ਇਹੋ ਜਿਹੀ ਥਾਂ ਜਿੱਥੇ ਕਿ ਜਿਹੜੀ ਹਸਪਤਾਲ ਦੇ ਅੰਦਰ ਹੋਵੇ ਜਿੱਥੇ ਆਪਾਂ ਵਾਧੂ ਸਮਾਨ ਰੱਖਿਆ ਹੁੰਦਾ, ਬਿਲਕੁਲ ਜਿੱਥੇ ਆਸਾਨੀ ਨਾਲ ਪਹੁੰਚ ਜੇ, ਸੁਰੱਖਿਆ ਅਤੇ ਤਾਪਮਾਨ ਅਤੇ ਰੋਸ਼ਨੀ ਦਾ ਜਿਹੜਾ ਕੀ ਆ ਖਾਸ ਪ੍ਰਬੰਧ ਹੋਵੇ, ਠੀਕ ਹੈ। ਨੈਕਸਟ ਪੁਆਇੰਟ ਹੈਗਾ ਸਾਡਾ ਕੌਮੀ ਅਗਵਾਈ ਕਰਨੀ, ਠੀਕ ਹੈ ਨਾ। ਕੌਮੀ ਅਗਵਾਈ ਲੀਹਾਂ ਦੇ ਅਨੁਸਾਰ ਹੀ ਕਰਨੀ ਆਪਾਂ, ਜਿਵੇਂ ਜ਼ਰੂਰੀ ਵਸਤਾਂ ਨੇ, ਦਵਾਈਆਂ ਦਾ ਸਟੋਕ ਜਿੱਥੇ ਰੱਖਿਆ ਜਾਵੇ,
ਇਹਨਾਂ ਵਸਤਾਂ ਦੀ ਵਰਤੋਂ ਸਮੇਂ ਹੀ ਅੰਦਰ ਕੀਤੀ ਜਾਣੀ, ਨਾਲ ਕੀ ਆਪਾਂ ਜਿਹੜੇ ਹਾਨੀ ਕੋਈ ਸਾਨੂੰ ਕੋਈ ਨੁਕਸਾਨ ਹੋਣੇ ਉਹ ਤੋਂ ਹੀ ਬਚ ਸਕਦੇ ਹਾਂ। ਠੀਕ ਹੈ, ਠੀਕ ਹੈ। ਨੈਕਸਟ ਕੀ, ਲਾਸਟ ਕੀ ਆ, ਇਹ ਵੀ ਆਪਾਂ ਯਕੀਨੀ ਬਣਾਉਣਾ ਬੇਟੇ ਕਿ ਜਿਹੜਾ ਸਹੀ ਢੰਗ ਨਾਲ ਵਰਤੇ ਜਾਂਦੇ ਸਮਾਨ ਆ ਉਹਦੀ ਸਾਂਭ ਸੰਭਾਲ ਅਤੇ ਉਹਦੀ ਮੁਰੰਮਤ, ਇਨ ਐਮਰਜੈਂਸੀ ਕੰਡੀਸ਼ਨ ਦੇ ਵਿੱਚ ਕਿੰਨੀ ਸਾਨੂੰ ਉਹਦੀ ਲੋੜ ਆ ਉਹ ਕਰਨੀ ਹੈ। ਠੀਕ ਹੈ ਨਾ, ਜਦੋਂ ਕਿ ਉਹ ਲੋੜ ਆ ਤਦ ਗੈਰ ਜਿਹੜੀਆਂ ਜ਼ਰੂਰੀ ਸੇਵਾਵਾਂ ਆ ਉਹਨਾਂ ਨੂੰ ਅੱਗੇ ਨਹੀਂ ਪਾਉਣਾ ਚਾਹੀਦਾ। ਠੀਕ ਹੈ, ਇਹ ਅੱਜ ਆਪਾਂ ਪੜ੍ਹਿਆ ਆਪਾਂ ਮਰੀਜ਼ ਦੀ ਕਿਵੇਂ ਆਪਾਂ ਉਹਦੀ ਸਾਂਭ ਸੰਭਾਲ ਕਰਨੀ ਆ ਅਤੇ ਹੋਸਪਿਟਲ ਦੇ ਵਿੱਚ ਜਦੋਂ ਉਹ ਆਉਂਦਾ ਹੈ ਤਾਂ ਆਪਾਂ ਉਹਦੀ ਕਿਵੇਂ ਦੇਖ ਰੇਖ ਕਰਨੀ ਆ, ਮਰੀਜ਼ ਦੀ ਕਿਵੇਂ ਨਿਗਰਾਨੀ ਕਰਨੀ ਹੈ। ਠੀਕ ਹੈ ਬੇਟੇ, ਇਹ ਸੀਗਾ ਸਾਡਾ ਅੱਜ ਦਾ ਟੋਪਿਕ। ਐਟ ਲਾਸਟ ਮੈਂ ਥੈਂਕਸ ਕਰਨਾ ਚਾਹਾਂਗੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ, ਜਿਨ੍ਹਾਂ ਨੇ ਸਾਨੂੰ ਇੰਨਾ ਵਧੀਆ ਪਲੇਟਫਾਰਮ ਦਿੱਤਾ ਹੈ। ਠੀਕ ਹੈ, ਜਿਹਦੇ ਵਿੱਚ ਅਸੀਂ ਇੰਨੀ ਵਧੀਆ ਡਿਊਟੀ ਲਗਾਈ ਹੈ ਅਤੇ ਅਸੀਂ ਬਹੁਤ ਹੀ ਜ਼ਿਆਦਾ ਨੌਲੇਜ ਜਿਹੜੀ ਗੇਨ ਕੀਤੀ ਹੈ। ਸਪੈਸ਼ਲ ਥੈਂਕਸ ਜੋਗਿੰਦਰਪਾਲ ਸਰ ਦਾ, ਜਿਨ੍ਹਾਂ ਨੇ ਸਾਨੂੰ ਵੀਡੀਓ ਅਤੇ ਆਡੀਓ ਬਣਾਉਣੀਆਂ ਦੱਸੀਆਂ ਨੇ। ਥੈਂਕ ਯੂ ਸਰ ਸੋ ਮੱਚ।